यूके ਨੂੰ ਲੈ ਕੇ ਜਿੱਥੇ ਸਟੂਡੈਂਟਸ ਦੇ ਸਵਾਲ ਨੇ ਕਿ ਕੀ ਅਸੀਂ ਹਲੇ ਵੀ ਸੈਪਟੈਂਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਾਂ, ਕਿ ਪੂਰਾ ਪ੍ਰੋਸੈਸ ਕੰਪਲੀਟ ਹੋਣ ਲਈ ਸਾਡੇ ਕੋਲ ਸਮਾਂ ਬਚਿਆ ਹੈ, ਪਰ ਨਾਲ ਦੀ ਨਾਲ ਆਪਾਂ ਗੱਲ ਜਨਵਰੀ ਇਨਟੇਕ ਲਈ ਵੀ ਜ਼ਰੂਰ ਕਰਨੀ ਹੈ ਕਿ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਕਿਹੜੀ ਗੱਲਾਂ ਦਾ ਧਿਆਨ ਰੱਖਣ, ਕਿਉਂਕਿ ਹੁਣ ਅਸੀਂ ਜਿਵੇਂ ਦੇਖ ਰਹੇ ਹਾਂ ਯੂਕੇ ਵੱਲੋਂ ਫੰਡਸ ਵੈਰੀਫਿਕੇਸ਼ਨ ਵੀ ਹੋ ਰਹੀ ਹੈ, ਕਿਸ ਕਿਸ ਢੰਗ ਨਾਲ ਹੋ ਰਹੀ ਹੈ, ਕਿਹੜੀ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ, ਕਿਹੜੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ। ਚਾਹੇ ਕਿ ਯੂਕੇ ਦਾ ਸਕਸੈਸ ਰੇਟ ਆਪਾਂ ਹਮੇਸ਼ਾ ਦੇਖਦੇ ਹਾਂ ਬਹੁਤ ਹੀ ਵਧੀਆ ਰਹਿੰਦਾ, ਪਰ ਕਿਤੇ ਨਾ ਕਿਤੇ ਸਟੂਡੈਂਟਸ ਵੱਲੋਂ ਫੰਡਸ ਨੂੰ ਲੈ ਕੇ ਗਲਤੀਆਂ ਹੋ ਜਾਂਦੀਆਂ ਨੇ, ਜਿਸ ਦਾ ਕਾਰਨ ਹੁਣ ਬਣਿਆ ਯੂਕੇ ਵੱਲੋਂ ਫੰਡਸ ਵੈਰੀਫਿਕੇਸ਼ਨ ਹੋ ਰਹੀ ਹੈ। ਸੋ ਕਈ ਖਾਸ ਪੁਆਇੰਟਸ ਤੁਹਾਡੇ ਨਾਲ ਅਸੀਂ ਡਿਸਕਸ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਯੂਕੇ ਨੂੰ ਲੈ ਕੇ ਖਾਸ ਗੱਲਾਂ, ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਯੂਕੇ ਨੂੰ ਲੈ ਕੇ ਪਹਿਲਾਂ ਤਾਂ ਜ਼ਰੂਰ ਕਲੀਅਰ ਕਰੋ, ਸੈਪਟੰਬਰ ਇਨਟੇਕ ਆਲਮੋਸਟ ਹੁਣ ਤਾਂ ਕੋਈ ਸਮਾਂ ਵਿੱਚ ਨਹੀਂ ਬਚਿਆ ਤਿਆਰੀ ਦਾ, ਪਰ ਕੁਛ ਕੁ ਸਟੂਡੈਂਟ ਦੇ ਸਵਾਲ ਨੇ ਕਿ ਜਨਵਰੀ 2024 ਤੋਂ ਪਹਿਲਾਂ ਕੋਈ ਜਗ੍ਹਾ ਬਚਦੀ ਹੈ ਇਨਟੇਕ ਅਕਤੂਬਰ ਜਾਂ ਨਵੰਬਰ 'ਚ, ਕਿ ਜਿੱਥੇ ਉਹ ਅਪਲਾਈ ਕਰ ਸਕਣ, ਕਿਉਂਕਿ ਸਪਾਊਸ ਵੀਜ਼ਾ ਵਾਲਿਆਂ ਦਾ ਹੀ ਜ਼ਿਆਦਾ ਇਹ ਸਵਾਲ ਹੈ। ਜਨਵਰੀ 2024 ਤੋਂ ਤਾਂ ਹੁਣ ਸਪਾਊਸ ਵੀਜ਼ਾ ਜੋ ਹੈ ਨਹੀਂ ਲੱਗ ਸਕੇਗਾ, ਤਾਂ ਪਹਿਲਾਂ ਇਹ ਜ਼ਰੂਰ ਦੱਸੋ ਕਿੰਨੀ ਕੁ ਗੁੰਜਾਇਸ਼ ਹੈ 2024 ਤੋਂ ਪਹਿਲਾਂ ਹਲੇ ਵੀ ਕੋਈ ਸਟੂਡੈਂਟ ਕਿਤੇ ਅਪਲਾਈ ਕਰ ਸਕੇ। ਹਰਜੋਤ, ਇੱਦਾਂ ਕਿ ਇੱਕ ਦੋ ਯੂਨੀਵਰਸਿਟੀਆਂ ਹਜੇ ਅਕਤੂਬਰ ਇਨਟੇਕ ਕਰ ਰਹੀਆਂ, ਅਗਸਤ ਦੇ ਬਾਅਦ ਸੈਪਟੰਬਰ ਦੇ ਬਾਅਦ ਅਕਤੂਬਰ ਹੈ, ਮੀਨਸ ਉਹਨਾਂ ਦਾ ਸੈਪਟੰਬਰ ਦੀ ਜਗ੍ਹਾ ਕੋਰਸ ਹੀ ਅਕਤੂਬਰ 'ਚ ਸਟਾਰਟ ਹੋ ਰਿਹਾ, ਉਹਨਾਂ ਦੇ ਆਫਰ ਜ, ਲੇਕਿਨ ਸਾਡੇ ਕੋਲ ਕੰਡੀਸ਼ਨ ਇਹ ਆਉਂਦੀ ਹੈ ਕਿ ਜੇ ਬੱਚੇ ਦੇ ਫੰਡ ਰੇਡੀ ਹੈ ਔਰ ਜ ਮਤਲਬ ਬਿਲਕੁਲ ਫਾਈਨੈਂਸ਼ੀਅਲ ਡਾਕੂਮੈਂਟ ਰੇਡੀ ਔਰ ਫੀਸ ਤਿਆਰ ਕਰਨ ਮਤਲਬ ਪੇ ਕਰਨ ਵਾਸਤੇ ਰੇਡੀ ਹੈ ਵਿਦ ਇਨ ਅ ਵਨ ਡੇ ਆਰ ਟੂ ਡੇ, ਅਤੇ ਉਹਨਾਂ ਦਾ ਅਸੀਂ ਲੈ ਰਹੇ ਹਾਂ ਆਫਰ ਲੈਟਰ ਇਮੀਡੀਏਟ, ਵਿਦ ਇਨ 48 ਆਵਰਸ ਆਫਰ ਲੈਟਰ ਆ ਰਿਹਾ, ਬਟ ਉਹਨਾਂ ਦਾ ਸਾਰਾ ਕੁਛ ਰੈਡੀ ਹੋਣਾ ਚਾਹੀਦਾ, ਚਾਹੇ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਜਾਂ ਲੋਨ ਲੈਟਰ ਰੈਡੀ ਹੈ, ਫਿਰ ਹੀ ਉਹ ਅਪਲਾਈ ਕਰ ਸਕਦੇ। ਅਦਰਵਾਈਜ਼ ਸਪਾਊਸ ਵੀਜ਼ਾ ਵਾਲੇ ਜਿਹੜੇ ਆ, ਹੁਣ ਜਨਵਰੀ ਵਾਸਤੇ ਇਕੱਲਾ ਬੱਚਾ ਜਾਏਗਾ, ਮੇਰੇ ਖਿਆਲ ਪਿਛਲੇ ਪ੍ਰੋਗਰਾਮ 'ਚ ਵੀ ਮੈਂ ਤੁਹਾਨੂੰ ਦੱਸਿਆ, ਉਹ ਜਾ ਕੇ ਆਪਣੀ 1 ਈਅਰ ਦੀ ਸਟੱਡੀ ਕੰਪਲੀਟ ਕਰਕੇ ਜਦ ਪੋਸਟ ਸਟੱਡੀ ਵਰਕ ਪਰਮਿਟ 'ਤੇ ਆਏਗਾ ਉਸ ਟਾਈਮ ਉਹ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ, ਜਾਂ ਫਿਰ ਬਹੁਤ ਸਾਰੇ ਜਿਹੜੇ ਕੇਅਰ ਗੇਵਰ ਹੋਮ ਹੈ ਜਾਂ IT ਕੰਪਨੀਜ਼ ਆ, ਉਹਨਾਂ ਦੇ ਵਿੱਚ ਇਹਨਾਂ ਦੇ ਜੋਬ ਅਵੇਲੇਬਲ ਹੈ, ਜੇ ਸਪਾਊਸ ਦੇ ਨਾਲ ਜਾਣਾ ਤਾਂ ਉਸ ਰਸਤੇ ਜਾ ਸਕਦੇ, ਇਕੱਠੇ ਹੀ ਜਾ ਸਕਦੇ, ਜੋਬ ਬੇਸ 'ਤੇ ਜਾ ਸਕਦੇ ਆ। ਜੀ ਜੀ, ਠੀਕ ਹੈ। ਸੋ ਮੈਮ, ਆਪਾਂ ਅੱਜ ਕੱਲ੍ਹ ਬਹੁਤ ਸਾਰੇ ਮਤਲਬ ਕੋਈ ਰਸਤਾ ਨਹੀਂ ਉਹਨਾਂ ਦਾ ਬੰਦ ਹੋਇਆ, ਬੰਦ ਨਹੀਂ ਹੋਇਆ ਜੀ ਬਿਲਕੁਲ, ਔਰ ਬਲਕਿ ਜਿਹੜੇ ਜੋਬ ਬੇਸ 'ਤੇ ਜਾ ਰਹੇ ਉਹਨਾਂ ਨੂੰ ਯੂਕੇ VI IELTS ਜਾਂ PT ਇਕੁਅਲੈਂਟ ਟੂ 5.5 ਬੈਂਡ ਚਾਹੀਦੀ ਹੈ, ਉਹ ਵੀ ਬਹੁਤ ਈਜ਼ੀ ਹੈ, ਅਤੇ ਜੇ ਗ੍ਰੈਜੂਏਸ਼ਨ ਕੀਤਾ ਤਾਂ ਉਹਨਾਂ ਨੂੰ IELTS ਜਾਂ PT ਦੀ ਵੀ ਜ਼ਰੂਰਤ ਨਹੀਂ ਹੈ, ਅਤੇ ਇਹਨਾਂ ਦਾ ਇਹ ਵੀ ਬਹੁਤ ਅੱਛਾ 3 ਤੋਂ 5 ਸਾਲ ਦਾ ਵੀਜ਼ਾ ਲੱਗਦਾ, ਇੱਕ ਉਹ ਵੀ ਅੱਛਾ ਰਸਤਾ ਹੈ। ਜੀ ਬਿਲਕੁਲ। ਸੋ ਜਿੱਥੇ ਆਪਾਂ ਇਹ ਗੱਲ ਕਹਿੰਦੇ ਸੀ ਕਿ ਸਪਾਊਸ ਵੀਜ਼ਾ ਹੁਣ ਲੱਗੇਗਾ ਹੀ ਨਹੀਂ, ਅਜਿਹਾ ਨਹੀਂ ਹੈ, ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਟਰਮਸ ਐਂਡ ਕੰਡੀਸ਼ਨਸ ਜੋ ਹੈ ਚੇਂਜ ਕਰ ਦਿੱਤੀਆਂ ਗਈਆਂ ਨੇ। ਤਾਂ ਅੱਗੋਂ ਮੈਮ ਆਪਾਂ ਜਨਵਰੀ 2024 ਦੀ ਵੀ ਗੱਲ ਜ਼ਰੂਰ ਕਰਾਂਗੇ, ਜਿਹੜੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ, ਅਤੇ ਫੰਡਸ ਦਾ ਵੀ ਰੋਲ ਹੁਣ ਕਾਫੀ ਅਹਿਮ ਹੁੰਦਾ ਦਿਖ ਰਿਹਾ ਯੂਕੇ ਦੇ ਵਿੱਚ ਵੀ, ਕਿਉਂਕਿ ਫੰਡਸ ਵੈਰੀਫਿਕੇਸ਼ਨ ਦੀ ਜਿਹੜੀਆਂ ਆਪਾਂ ਖਬਰਾਂ ਵੀ ਸੁਣ ਰਹੇ ਕੁਝ ਸਟੂਡੈਂਟਸ ਨੂੰ ਆ ਰਹੀ ਹੈ, ਪਹਿਲਾਂ ਤਾਂ ਰੀਜ਼ਨ ਕੀ ਬਣਦਾ ਹੈ, ਕਿਉਂ ਕਿਹੜੀ ਪ੍ਰੋਫਾਈਲ 'ਤੇ ਫੰਡਸ ਵੈਰੀਫਿਕੇਸ਼ਨ? ਅਰਜੋਤ, ਮੈਂ ਤੁਹਾਨੂੰ ਦੱਸਦੀ ਹਾਂ, ਦੈਟ ਮੀਨਸ ਕਿ ਫੰਡਸ ਜਿਹੜੇ ਆ, ਜਦ ਬੱਚਿਆਂ ਨੇ ਸਹੀ ਨਹੀਂ ਲਗਾਏ ਜਾਂ ਉਹਨਾਂ ਦੇ ਏਜੰਟਸ ਨੇ, ਕੋਈ ਨਾ ਕੋਈ ਪ੍ਰੋਬਲਮ ਹੋਈ ਹੈ, ਤਾਂ ਹੀ ਅੰਬੈਸੀ ਇਸ ਤਰਫ ਗਈ ਹੈ, ਕਿਉਂਕਿ ਯੂਕੇ ਅੰਬੈਸੀ 100% ਵੀਜ਼ਾ ਦੇ ਰਹੀ ਸੀ, ਹੈ ਨਾ, ਉਹਦੇ ਵਿੱਚ ਜੇ ਫੰਡ ਵੈਰੀਫਿਕੇਸ਼ਨ ਦੀ ਤਰਫ ਗਏ ਹੈ, ਕੋਈ ਨਾ ਕੋਈ ਅੰਬੈਸੀ ਨੂੰ ਜਦ ਪ੍ਰੋਬਲਮ ਆਉਂਦੀ ਹੈ, ਔਰ ਮੰਨ ਲਓ ਫੰਡ ਤੁਹਾਡੇ ਰੱਖੇ ਹੋਏ ਬੈਂਕ 'ਚ, ਵੈਰੀਫਿਕੇਸ਼ਨ ਗਈ, ਬੈਂਕ ਨੇ ਓਕੇ ਕਰਤੀ, ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ, ਇਹ ਨਾ ਤਾਂ ਕੋਈ ਬੱਚੇ ਦਾ ਇੰਟਰਵਿਊ ਹੈ ਨਾ ਕੁਛ ਹੈ, ਫੰਡ ਦੀ ਵੈਰੀਫਿਕੇਸ਼ਨ ਮੀਨਸ ਤੁਹਾਡੇ ਫੰਡ 28 ਡੇਜ਼ ਓਲਡ ਸੀਗੇ, ਤੁਸੀਂ ਬੈਂਕ ਵਿੱਚ ਜਿਹੜੀ ਅੰਬੈਸੀ ਨੇ ਮੇਲ ਪਾਈ ਹੈ ਔਰ ਯੈਸ ਹੋ ਗਈ ਹੈ, ਵੈਰੀਫਿਕੇਸ਼ਨ ਤਾਂ ਕੋਈ ਵੀ ਅੰਬੈਸੀ ਕਦੀ ਵੀ ਕਰ ਸਕਦੀ ਹੈ, ਇਹ ਜੇ ਜਾ ਕੋਈ ਫਰੋਡਲੈਂਟ ਇੱਦਾਂ ਦਾ ਹੋਇਆ ਤਾਂ ਹੀ ਇਸ ਤਰਫ ਇਹ ਜ਼ਿਆਦਾਤਰ ਗਏ ਹੋਣੇ ਆ, ਅਤੇ ਨੈਚੁਰਲ ਉਹ ਕਰ ਸਕਦੇ, ਉਹਦੇ ਵਿੱਚ ਕੋਈ, ਹਾਂ ਉਹਦੇ ਵਿੱਚ ਥੋੜ੍ਹਾ ਜਿਹਾ ਪ੍ਰੋਸੈਸ ਡਿਲੇ ਹੋ ਰਿਹਾ, ਮੰਨ ਲਓ ਜੇ ਬੱਚੇ ਪ੍ਰਾਇਓਰਟੀ ਵਿੱਚ ਫਾਈਲ ਲਗਾਉਂਦੇ ਸੀਗੇ 1 ਵੀਕ ਦੇ, ਉਹ ਮਹੀਨੇ 'ਚ ਰਿਜ਼ਲਟ ਆ ਰਹੇ, ਬਸ ਇੰਨਾ ਡਿਲੇ ਹੋ ਰਿਹਾ। ਠੀਕ ਹੈ। ਸੋ ਮੈਮ, ਮੈਂ ਇੱਥੇ ਜਿਵੇਂ ਤੁਸੀਂ ਕਿਹਾ ਕਿ ਫੰਡਸ ਵਿੱਚ ਸਟੂਡੈਂਟਸ ਕੁਛ ਨਾ ਕੁਛ ਗਲਤੀਆਂ ਕਰ ਜਾਂਦੇ ਨੇ, ਇਸ ਲਈ ਫੰਡਸ ਵੈਰੀਫਿਕੇਸ਼ਨ ਹੁੰਦੀ ਹੈ, ਸੋ ਮੈਂ ਇੱਥੇ ਸਟੂਡੈਂਟ ਕੋਈ ਵੀ ਗਲਤੀ ਨਾ ਕਰੇ, ਕੀ ਰਾਈਟ ਪ੍ਰੋਸੈਸ ਹੋਣਾ ਚਾਹੀਦਾ, ਥੋੜ੍ਹਾ ਮੈਂ ਚਾਹੂੰਗੀ, ਜ਼ਿਆਦਾ ਲੰਬਾ ਤਾਂ ਆਪਾਂ ਪੂਰਾ ਡਿਟੇਲ 'ਚ ਨਹੀਂ ਦੱਸ ਸਕਾਂਗੇ, ਪਰ ਆਪਾਂ ਮੋਟੇ ਤੌਰ 'ਤੇ ਅਗਰ ਗੱਲ ਕਰੀਏ ਸਟੂਡੈਂਟਸ ਪੁਆਇੰਟ ਆਫ ਵਿਊ ਤੋਂ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਜ਼ਰੂਰ ਮੈਂ ਚਾਹੂੰਗੀ ਕਿ ਤੁਸੀਂ ਸਟੂਡੈਂਟਸ ਨੂੰ ਸਮਝਾਓ। ਦੇਖੋ, ਇਹੀ ਜਿਹੜੀ ਪ੍ਰੋਬਲਮ ਪੈਕੇਜ ਵਾਲੀ ਆ ਰਹੀ ਹੈ ਨਾ, ਉਹ ਪੂਰੇ ਇਸ ਟਾਈਮ ਨੌਰਥ ਏਰੀਆ 'ਚ ਬਹੁਤ ਜ਼ਿਆਦਾ ਆ ਗਈ ਹੈ,
और उस कारण जिहड़ा मैं तुहाडे शायद आपां ऑफ द रिकॉर्ड गल कर रहे सीगे कोई डॉक्यूमेंट्स नूं लै के कोई फाइनैंशियल नूं लै के ये ज इदा के होणगे तो अंबैसियां तो अपनी जगह स्ट्रिक्ट होणगियां तुसीं अपने प्रोफाइल नाल स्टूडेंट्स नूं ये रिक्वेस्ट है ना छेड़छाड़ करो कि तुहानूं कोई प्रॉब्लम आए कोई बैन लगे कोई कुछ होए तो बड़ा साफ सुथरी तुहानूं एजेंसी जिहड़ी चूज़ करनी चाहिए राह चलते किसी एजेंसी नूं ना फाइल दो जिस दे नाल तुहाडे जिहड़े प्रोफाइल नाल छेड़छाड़ हो रही है और ये प्रॉब्लम आ रही है ये प्रॉब्लम आ ही नहीं सकती सी जब काम सारा सही होएगा तो जी ठीक है सो स्टूडेंट्स नूं वाकई देखो अवेयर असी भी करते रहने इन वीडियोज़ के जरिए बाकी तुहाडा खुद भी तुहाडी ड्यूटी बनती है कि जिस भी कंट्री विच तुसी अप्लाई करना चाहते हो तो उत्थों दी ऑफिशियल वैबसाइट ते जरूर जाके चीज़ां नूं पढ़िया करो समझा करो ताकि तुसी अपने कंसल्टेंट नूं भी हर गल ते जरूर पूछ सको बाकी एक माहिर तजर्बेकार कंसल्टेंट का होना भी बहुत जरूरी है जो सिलसिलेवार सही प्रोसैस दे नाल सही डॉक्यूमेंटेशन दे नाल तुहाडी फाइलिंग ते काम करन ते तुहाडा वीज़ा लैण दे विच तुहाडी मदद कर सकन ते यूके दे जनवरी इनटेक लिए अगर तुसी अप्लाई करना चाह रहे हो या तुहाडा कोई सवाल है तुहाडी प्रोफाइल नूं लैके भी नंबर दिस तुहानूं छोटा जिहा दस दिंदी हां उहदे विच कि जे यूके वास्ते अप्लाई करना है स्टूडेंट्स ने 6 बैंड ओवरऑल नॉट लैस दैन 5.5 या 5.5 ईच चाहिए होंदा जिहड़ी इह रिक्वायरमेंट है ठीक है 1 ईयर मास्टर्स है ਉਹ ਜਿਹੜੇ 1 ਈਅਰ ਮਾਸਟਰ ਵਾਸਤੇ 6 ਬੈਂਡ ਮਿਨੀਮਮ ਚਾਹੀਦੇ ਹੁੰਦੇ ਜਾਂ ਐਮ ਓ ਆਈ 'ਤੇ ਤੁਸੀਂ ਜਾ ਸਕਦੇ ਹੋ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ 'ਤੇ 8 ਮਹੀਨੇ ਦਾ ਕੋਰਸ ਕਰਕੇ ਤੁਹਾਨੂੰ 2 ਈਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲ ਰਿਹਾ ਔਰ ਫੀਸਾਂ ਔਨ ਐਨ ਐਵਰੇਜ 11.5-12 ਲੱਖ ਵੀ ਯੂਨੀਵਰਸਿਟੀਆਂ ਦੀ ਹੈ ਆਈਲ 6 ਬੈਂਡ ਨੋਟ ਲੈਸ ਦੈਨ 5.5 ਬੈਂਡ ਫੋਰ ਮਾਸਟਰਸ ਜਾਂ ਐਮ ਓ ਆਈ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਔਰ ਫੀਸ ਜਿਹੜੀ ਹੈ 11.5-12 ਲੱਖ ਸਾਲ ਦੇ ਵਿੱਚ ਵੀ ਅਸੀਂ ਕਰਾ ਸਕਦੇ ਹਾਂ ਔਰ ਤੁਸੀਂ ਜਿਹੜੀ ਹੈ 70-80% ਫੀਸ ਦੇਣੀ ਹੁੰਦੀ ਹੈ ਦਿਸ ਇਜ਼ ਯੂ ਨੋ ਵੈਰੀ ਗੁੱਡ ਆਪਸ਼ਨ ਫੋਰ ਦਾ ਸਟੂਡੈਂਟ ਜਿਹੜੇ ਸਟੂਡੈਂਟਸ ਜਿਹੜੇ ਘੱਟ ਉਹਨਾਂ ਦਾ ਬਜਟ ਇੰਨਾ ਵੱਡਾ ਨਹੀਂ ਹੈ ਉਹਨਾਂ ਦੇ ਵਾਸਤੇ ਕਿਉਂਕਿ 1 ਈਅਰ ਯੂਕੇ ਦੇ ਵਿੱਚ ਖਾਲੀ ਮਾਸਟਰ ਜਿਹੜੀ ਉਹ 1 ਈਅਰ ਦੀ ਹੈ ਅਤੇ 2 ਈਅਰ ਪੋਸਟ ਸਟੱਡੀ ਵਰਕ ਪਰਮਿਟ ਮਿਲ ਰਿਹਾ 2 ਸਾਲ ਬੱਚੇ ਕੋਲ ਹੈ ਜਿਹਦੇ ਵਿੱਚ ਉਹ ਆਪਣਾ ਸੈਟਲ ਡਾਊਨ ਹੋਣਾ ਚਾਹੁੰਦਾ ਜਾਂ ਜੋਬ ਐਕਸਪੀਰੀਅੰਸ ਲੈਣਾ ਚਾਹੁੰਦਾ ਤੇ ਉਹ ਬਹੁਤ ਅੱਛਾ ਟਾਈਮ ਉਹਦੇ ਕੋਲ ਹੈ ਜੀ ਬਿਲਕੁਲ ਸੋ ਤੁਹਾਡਾ ਕੋਈ ਸਵਾਲ ਹੋਵੇ ਇਹ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਸਾਰੀ ਸਹੀ ਆਪਸ਼ਨਸ ਚੰਗੀਆਂ ਆਪਸ਼ਨਸ ਤੁਸੀਂ ਆ ਸਟੂਡੈਂਟਸ ਨੂੰ ਦੱਸੀਆਂ ਨੇ ਇਸ ਵੀਡੀਓ ਦੇ ਜ਼ਰੀਏ ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ